ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਮਿੰਦਰ ਸਿੰਘ ਸਾਡੀ ਖੇਤੀ ਚੈਨਲ ਤੋਂ ਗੱਲ ਕਰਦੇ ਆ ਜੀ ਪਦਾਨ ਬਾਰੇ ਜਿਹਨੂੰ ਕਾਰਟਾਪ ਹਾਈਡਰੋਕਲੋਰਾਈਡ 4G ਜਾਂ GR ਫਾਰਮ ਦੇ ਵਿੱਚ ਕਿਸਾਨਾਂ ਰਾਹੀਂ ਧੋਨੇ ਵਿੱਚ ਪ੍ਰੀਵੈਂਟਿਵ ਤੌਰ ਤੇ ਕੀਟਾਂ ਨੂੰ ਮਾਰਨ ਵਾਸਤੇ ਵਰਤਿਆ ਜਾਂਦਾ ਇਸ ਦਾ ਜਿਹੜਾ ਮੇਨ ਐਕਸ਼ਨ ਆ ਕੰਟੈਕਟ ਤੇ ਸਿਸਟੈਮਿਕ ਐਕਸ਼ਨ ਆ ਜੀ ਇਹਦਾ ਇਹ ਸੈਕਸ਼ਨ ਰਾਹੀਂ ਇਹ ਕੀਟਾਂ ਦੇ ਪੇਟ ਵਿੱਚ ਜਾ ਕੇ ਉਹਨਾਂ ਦਾ ਪੇਟ ਖਰਾਬ ਕਰ ਦਿੰਦੀ ਹੈ ਜਿਸ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਆ ਇੱਕ ਇਹਦਾ ਹੋਰ ਰੈਕਸ਼ਨ ਆ ਟ੍ਰਾਂਸਲੀਮਿਨਰ ਰੈਕਸ਼ਨ ਜਿਵੇਂ ਕਿਸਾਨ ਕਹਿੰਦੇ ਆ ਕਿ ਧੋਨਾ ਪੂਰਾ ਕਾਲਾ ਹੋ ਜਾਂਦਾ ਇਹ ਬੂਟੇ ਬਜੇ ਚੰਗੀ ਤਰ੍ਹਾਂ ਫੈਲ ਜਾਂਦੀ ਆ ਉਸ ਤੋਂ ਬਾਅਦ ਆਪਣੇ ਓਬਿਸਾਈਡ ਰੈਕਸ਼ਨ ਰਾਹੀਂ ਅੰਡੇ ਜਿਹੜੇ ਬਣਦੇ ਆ ਆਉਣ ਵਾਲੇ ਕੀਟਾਂ ਦੇ ਉਹਨਾਂ ਨੂੰ ਵੀ ਪੱਤਿਆਂ ਤੋਂ ਭੰਨ ਦਿੰਦੀ ਆ ਇਹ ਉਹ ਵੀ ਖਤਮ ਹੋ ਜਾਂਦੇ ਆ ਮੇਨ ਇਹਦਾ ਅਸਰ 15 ਤੋਂ 20 ਦਿਨ ਤੱਕ ਦੇਖਣ ਨੂੰ ਮਿਲਦਾ ਵਾ ਇਹਦੀ ਜਿਹੜੀ ਰეკਮੈਂਡਡ ਡੋਜ਼ ਆ 7.5 ਤੋਂ 8 ਕਿਲੋ ਆ ਜਿਹੜੀ ਆਪਾਂ ਗ੍ਰੇਨੂਲ ਫਾਰਮ ਦੇ ਵਿੱਚ ਭਾਰਤ ਦੇ ਆ ਇਹਦੀ ਸਪਰੇ ਵੀ ਕੀਤੀ ਜਾਂਦੀ ਆ 50% ਐਸਪੀ ਜਾਂ 75% ਐਸਪੀ ਫਾਰਮ ਦੇ ਵਿੱਚ ਇਹ ਸਪਰੇ ਵਿੱਚ ਵੀ ਵਰਤੀ ਜਾਂਦੀ ਆ ਸਪਰੇ ਦੀ ਡੋਜ਼ ਦੀ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਮੇਨ ਗੱਲ ਕਰਦੇ ਆ ਪਦਾਨ ਗ੍ਰੇਨੂਲ ਫਾਰਮ ਦੀ ਇਹ 100 ਰੁਪਏ ਪਰ ਕਿਲੋਗ੍ਰਾਮ 90 ਰੁਪਏ ਪਰ ਕਿਲੋਗ੍ਰਾਮ ਮਿਲ ਜਾਂਦੀ ਆ ਐਕੋ ਦੀ ਕਟਾਸੂ ਦੇ ਨਾਮ ਨਾਲ ਤੇ ਕਈ ਹੋਰ ਵੀ ਇਹਦੀਆਂ ਕੰਪਨੀਆਂ ਜਿਵੇਂ ਸ਼੍ਰੀ ਰਾਮ ਦੀ ਕਲਡਾਨ ਤਾਨੂਕਾ ਦੀ ਕਲਡਾਨ ਇਹ ਕਈ ਇਸ ਨਾਲ ਨਾਲ ਇਹ ਮਿਲ ਜਾਂਦੀਆਂ ਵਾ ਬਾਜ਼ਾਰ ਦੇ ਵਿੱਚੋਂ ਆਪਾਂ ਜੀ ਵਰਤ ਸਕਦੇ ਆ ਇਹਨੂੰ ਮੇਨ ਇਹਦਾ ਬਰਤਨ ਦਾ ਸਹੀ ਤਰੀਕਾ ਇਹੀ ਹੈਗਾ ਵਾ ਵੀ ਇਸ ਨੂੰ ਆਪਾਂ ਘੱਟ ਤੋਂ ਘੱਟ ਜੂਰੀਏ ਵਿੱਚ ਪਾ ਕੇ ਵਰਤਿਆ ਜਾਵੇ ਕਿਉਂਕਿ ਜੂਰੀਏ ਦੇ ਨਾਲ ਪ੍ਰਦਾਨ ਦਾ ਕੰਬੀਨੇਸ਼ਨ ਨਹੀਂ ਰਲਦਾ ਕਿਉਂਕਿ ਪ੍ਰਦਾਨ ਦਾ ਮੇਨ ਕੰਮ ਬੂਟੇ ਨੂੰ ਹਾਰਡ ਕਰਨਾ ਹੈ ਤੇ ਝੂਨਾ ਬੂਟੇ ਨੂੰ ਨਰਮ ਕਰਦਾ ਗਰੋਥ ਵਧਾਉਂਦਾ ਉਹਦੀ ਆਪਾਂ ਨੂੰ ਉਸ ਟਾਈਮ ਤੇ ਗਰੋਥ ਦੀ ਲੋਡ ਨਹੀਂ ਹੁੰਦੀ ਜਿਹਰੇ ਤੋਂ ਬਾਅਦ ਆਪਾਂ ਨੂੰ ਮੇਨ ਲੋਡ ਹੁੰਦੀ ਆ ਜਿਹਦੇ ਉਨੇ ਦੀ ਗੋਭ ਸੁਰੱਖਿਆ ਤੇ ਰਹੇ ਉਹਨੂੰ ਕੀਟਾਂ ਤੋਂ ਬਚਾਇਆ ਜਾ ਸਕੇ ਤੇ ਝੋਨਾ ਸਵਾਸਤ ਹੋਵੇ ਜੈਲੂ ਲੈਵਲ ਦਾ ਬੜਾ ਟੂਨ ਕਰਕੇ ਦੀ ਖਾਸ ਗੱਲ ਇਹ ਆ ਵੀ ਇਹ ਆਪਣੇ ਮਿੱਤਰ ਕੀਟਾਂ ਲਈ ਖਤਰਨਾਕ ਨਹੀਂ ਹੈਗਾ ਇਹਨੂੰ ਵਰਤਿਆ ਜਾ ਸਕਦਾ 7.5 ਤੋਂ 8 ਕਿਲੋ ਦੀ ਰეკਮੈਂਡਡ ਡੋਸ ਆ ਬਦ ਤੋਂ ਬਾਦ ਆਪਾਂ 10 ਕਿਲੋ ਜੂਰੀਏ ਦੇ ਵਿੱਚ ਮਿਲਾ ਕੇ ਇਹਨੂੰ ਵਰਤ ਸਕਦੇ ਆ ਸੋ ਅਗਰ ਦਿੱਤੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ